ਸਤਨਾਮ ਜੀ ਵਾਹਿਗੁਰੂ ਸਾਹਿਬ ਜੀਓ ਤਪਤ ਮਾਹੀ ਠਾਂਡ ਵਰਤਾਈ ਆਨੰਦ ਪਿਆ ਦੁੱਖ ਨਾਠੇ ਪਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸ਼ੇ ਪਉ ਚੋਕਾ ਨਿਰਪਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾ ਤਿਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੂਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸ੍ਰਵਨ ਥਿਤ ਪਾਈ ਚੂਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸ੍ਰਵਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਡਭਾਗੇ ਹਾਂ ਉਸ ਵਾਹਿਗੁਰੂ ਪਰਮੇਸ਼ਰ ਜੀ ਨੇ ਸਾਨੂੰ ਗੁਰਮੁਖੋ ਇਹ ਸਮਾਂ ਬਖਸ਼ਿਆ ਹੈ ਅਤੇ ਸਤਿਗੁਰਾਂ ਦੀ ਕਿਰਪਾ ਇਹ ਹੋਈ ਕਿ ਸਾਨੂੰ ਗੁਰੂ ਚਰਨਾਂ ਦੇ ਵਿੱਚ ਅੰਮ੍ਰਿਤ ਵੇਲੇ ਪਹੁੰਚਣ ਦੀ ਸਮਰੱਥ ਪ੍ਰਾਪਤ ਹੋਈ। ਥਿਤ ਪਾਈ ਚੋਕੇ ਭ੍ਰਮ ਗਵਨ ਸੁਖਮਨੀ ਸਾਹਿਬ ਜੀ ਦੀ 18ਵੀਂ ਅਸ਼ਟਪਦੀ ਦੀ ਇਹ 7ਵੀਂ ਪੌੜੀ ਹੈ ਗੁਰਮੁਖੋ, ਜਿਸ ਨੂੰ ਆਪਾਂ ਅੱਜ ਵਿਚਾਰਨਾ ਹੈ, ਪਾਠ ਆਪਾਂ ਸੰਗਤੀ ਰੂਪ ਕੀਤਾ ਹੈ। ਜਦੋਂ ਇਸ ਪੂਰੀ ਪੌੜੀ ਨੂੰ ਆਪਾਂ ਪੜ੍ਹਦੇ ਹਾਂ ਨਾ, ਅਤੇ ਅਖੀਰਲੀਆਂ ਜਿਹੜੀਆਂ ਦੋ ਪੰਕਤੀਆਂ ਨੇ ਉਹ ਬਿਆਨ ਕਰਦੀਆਂ ਨੇ ਵੀ ਸਾਰੀ ਅਸ਼ਟਪਦੀ ਵਿੱਚ ਕੀ ਹੈ। ਥਿਤ ਪਾਈ ਚੂਕੇ ਭ੍ਰਮ ਗਵਨ, ਭਰਮ ਗਵਨ ਦਾ ਅਰਥ ਹੁੰਦਾ ਆਉਣ ਜਾਣ ਦੀ ਭਟਕਣਾ। ਭਰਮ ਦਾ ਅਰਥ ਕੀ ਹੁੰਦਾ? ਭਰਮ ਭੁਲੇਖਾ, ਗਵਨ ਆਉਣਾ ਜਾਣਾ।
ਅਤੇ ਭਰਮ ਗਮਨ ਦਾ ਅਰਥ ਬਣੇਗਾ ਆਉਣ ਜਾਣ ਦੀ ਭਟਕਣਾ। ਥਿਤ ਪਾਈ ਦਾ ਅਰਥ ਹੈ ਪੂਰਨ ਟਿਕਾ। ਹੁਣ ਪੂਰਨ ਟਿਕਾ ਕਦੋਂ ਹੋਵੇਗਾ? ਪੂਰਨ ਟਿਕਾ ਹੋਵੇਗਾ ਜਦੋਂ ਇਹ ਭਟਕਣਾ, ਇਹ ਆਉਣਾ ਜਾਣਾ ਮੁੱਕ ਜਾਏਗਾ। ਆਪਾਂ ਕਹਿੰਦੇ ਹਾਂ ਨਾ ਇੱਦਾਂ ਘਰ ਵਿੱਚ ਕਈ ਵਾਰ ਬੈਠ ਕੇ ਵੀ ਅੱਜ ਨਾ ਕਿਤੇ ਨਹੀਂ ਆਉਣਾ ਜਾਣਾ, ਅੱਜ ਨਾ ਸ਼ਾਂਤੀ ਨਾਲ ਬੈਠਾਂਗੇ ਘਰ ਦੇ ਵਿੱਚ, ਇੱਦਾਂ ਹੁੰਦਾ ਕਈ ਵਾਰ ਆਪਾਂ ਕਹਿ ਦਿੰਦੇ ਹਾਂ। ਅਰਥ ਵੀ ਜੜ ਤੱਕ ਆਉਣਾ ਜਾਣਾ ਬਣਿਆ ਰਹੇਗਾ, ਸ਼ਾਂਤੀ ਨਾਲ ਬੈਠਿਆ ਨਹੀਂ ਜਾਣਾ, ਅੱਜ ਆਉਣਾ ਜਾਣਾ ਕਿਤੇ ਨਹੀਂ ਇਸ ਕਰਕੇ ਸ਼ਾਂਤੀ ਨਾਲ ਬੈਠਾਂਗੇ। ਥਿਤ ਪਾਈ ਦਾ ਅਰਥ ਹੈ ਪੂਰਨ ਟਿਕਾ। ਇੱਕ ਤਿੰਨ ਗੁਰਮੁਖੋ ਮੈਂ ਤੁਸੀਂ ਆਪਾਂ ਜਿੰਨੇ ਬੈਠੇ ਹਾਂ, ਜਿਹੜਾ ਆ ਅੱਧਾ ਘੰਟਾ ਹੁੰਦਾ ਨਾ ਸਾਡੇ ਕੋਲ ਗੁਰਬਾਣੀ ਸ਼ਬਦ ਵਿਚਾਰ ਦਾ, ਇਹਦੇ 'ਚ ਨਾ ਕਦੇ ਇੱਦਾਂ ਨਾ ਸੋਚ ਕੇ ਆਇਆ ਕਰੋ ਮੈਂ ਕਥਾ ਸੁਣ ਜਾ ਰਿਹਾ। ਇਹ ਬੇਨਤੀ ਸਮਝੋ ਥੋੜ੍ਹੀ ਜਿਹੀ ਬੜੇ ਧਿਆਨ ਦੇ ਨਾਲ, ਕਿਉਂਕਿ ਆਪਾਂ ਇੱਕ ਪਰਿਵਾਰ ਵਾਂਗ ਬੈਠੇ ਹਾਂ। ਇੱਦਾਂ ਕਦੇ ਵੀ ਨਾ ਇੱਦਾਂ ਨਹੀਂ ਦਿਮਾਗ ਵਿੱਚ ਵਿਚਾਰਨਾ ਵੀ ਮੈਂ ਕਥਾ ਸੁਣ ਜਾ ਰਿਹਾ, ਮੈਂ ਕਦੇ ਵੀ ਘਰੋਂ ਇਹ ਚੱਲ ਕੇ ਇੱਥੇ ਆਉਣਾ, ਮੈਂ ਕਦੇ ਵੀ ਨਹੀਂ ਸੋਚਾਂ ਮੈਂ ਕਥਾ ਕਰਨ ਜਾ ਰਿਹਾ। ਹੁਣ ਜਿਹਨੇ ਬੋਲਣਾ ਭਾਈ, ਜੇ ਉਹੀ ਇਹ ਸੋਚ ਕੇ ਨਹੀਂ ਆ ਰਿਹਾ ਵੀ ਮੈਂ ਕਥਾ ਕਰਨ ਜਾ ਰਿਹਾ, ਤੁਸੀਂ ਵੀ ਇਹ ਨਹੀਂ ਸੋਚਣਾ ਵੀ ਕਥਾ ਸੁਣ ਜਾ ਰਿਹਾ। ਨਹੀਂ, ਇਹ ਕਰਨਾ ਇਹ ਸੁਣਨਾ ਇਹ ਬਹੁਤ ਪਾਸੇ ਦੀ ਗੱਲ ਰਹੇਗੀ। ਇੱਦਾਂ ਸੋਚ ਕੇ ਆਇਆ ਕਰੋ ਵੀ ਅੱਧਾ ਘੰਟਾ ਨਾ ਇੱਦਾਂ ਸ਼ਾਂਤੀ ਆਨੰਦ ਲੈਣ ਵਾਸਤੇ ਜਾ ਰਹੇ ਹਾਂ। ਜਿਹੜਾ ਇਹ ਅੱਧਾ ਘੰਟਾ ਹੈ ਨਾ ਮੇਰਾ, ਜਿੰਨਾ ਤੁਸੀਂ ਘੰਟਾ ਬੈਠਦੇ ਹੋ ਕੀਰਤਨ ਵੀ ਸੁਣਦੇ ਹੋ, ਇੱਦਾਂ ਸੋਚ ਕੇ ਆਉਣਾ ਮਨ ਵਿੱਚ ਵੀ ਆ ਅੱਧਾ ਘੰਟਾ ਨਾ ਇਹ ਮੇਰੇ ਦਿਨ ਦਾ ਸਭ ਤੋਂ ਸੋਹਣਾ ਸਮਾਂ ਹੈ। ਇੱਦਾਂ ਸੋਚਣਾ ਇਹ ਗੱਲ ਨੂੰ, ਇਹਦੇ ਵਿੱਚ ਮੈਂ ਕੋਈ ਚਿੰਤਾ ਨਹੀਂ ਕਰਨੀ, ਕੋਈ ਫਿਕਰ ਨਹੀਂ ਕਰਨਾ, ਕਿਸੇ ਘੋੜੇ ਨਹੀਂ ਭਜਾਉਣੇ ਇੱਦਾਂ ਆਪਣੀ ਸੋਚ ਦੇ ਆਸੇ ਪਾਸੇ, ਮੈਂ ਨਾ ਬਿਲਕੁਲ ਜੀਰੋ ਹੋਣਾ, ਇੱਦਾਂ ਮੈਂ ਬਿਲਕੁਲ ਇੱਦਾਂ ਸ਼ਾਂਤ ਹੋਣਾ। ਇਹ ਸੋਚਿਆ ਕਰੋ ਵੀ ਜਿਹੜਾ ਆਹ ਅੱਧਾ ਪੌਣਾ ਘੰਟਾ ਨਾ ਸਾਡੇ ਕੋਲ, ਇਹਦੇ ਵਿੱਚ ਇਹ ਮੈਂ ਇੰਨਾ ਸੋਹਣਾ ਗੁਜ਼ਾਰਨਾ ਵੀ ਇੱਦਾਂ ਚਿੰਤਾ ਤੋਂ ਰਹਿਤ ਇੱਦਾਂ। ਅਤੇ ਜੇ ਗੁਰੂ ਚਰਨਾਂ ਵਿੱਚ ਬਹਿ ਕੇ ਵੀ ਇੱਦਾਂ ਚਿੰਤਾ 'ਚ ਹੀ ਰਹੇ, ਫਿਕਰ 'ਚ ਹੀ ਰਹੇ, ਅਤੇ ਫਿਰ ਇੱਥੇ ਜੇਕਰ ਚਿੰਤਾ ਤੋਂ ਰਹਿਤ ਨਹੀਂ ਹੋਏ ਤਾਂ ਬਾਹਰ ਕਿਵੇਂ ਹੋਵਾਂਗੇ? ਇਸ ਕਰਕੇ ਇਹ ਕਥਾ ਕਰਨ ਵਾਸਤੇ ਜਾਂ ਸੁਣਨ ਵਾਸਤੇ ਨਹੀਂ ਆਪਾਂ ਆਉਂਦੇ, ਆਪਾਂ ਸਮੇਂ ਨੂੰ ਸੋਹਣਾ ਬਣਾਉਣ ਵਾਸਤੇ ਆਉਂਦੇ। ਕਿਉਂਕਿ ਇਹ ਹੁੰਦਾ ਹੈ ਸਾਰੇ ਦਿਨ ਨੂੰ ਸੋਹਣਾ, ਆਪਾਂ ਕਹਿੰਦੇ ਵੀ ਜ਼ਿੰਦਗੀ ਸੋਹਣੀ ਬਣ ਜਾਏ, ਆਪਾਂ ਸੋਚਦੇ ਨਾ ਵੀ ਜ਼ਿੰਦਗੀ ਮੇਰੀ ਸੋਹਣੀ ਹੋਵੇ, ਪਹਿਲਾਂ ਇੱਕ ਘੰਟਾ ਸੋਹਣਾ ਬਣਾਉਣਾ ਸਿੱਖਾਂ, ਫਿਰ ਦੋ ਘੰਟੇ ਸੋਹਣੇ ਬਣਾਉਣੇ, ਫਿਰ ਸਾਰਾ ਦਿਨ ਸੋਹਣਾ ਬਣਾਉਣਾ ਸਿੱਖਾਂਗੇ। ਇੱਦਾਂ ਵੀ ਸਾਰਾ ਦਿਨ ਕਿਵੇਂ ਇੱਦਾਂ ਸ਼ਾਂਤਮਈ ਰਹੇ, ਸਾਰਾ ਦਿਨ ਕਿਵੇਂ ਆਨੰਦ ਵਿੱਚ ਰਹੀਏ, ਫਿਰ ਹੀ ਕਿਤੇ ਜਾ ਕੇ ਇੱਦਾਂ ਹੋਏਗੀ ਨਾ ਵੀ ਜ਼ਿੰਦਗੀ ਸੋਹਣੀ ਬਣੇਗੀ। ਜੇ ਅੱਧਾ ਘੰਟਾ ਸੋਹਣਾ ਨਹੀਂ ਬਣਿਆ ਤਾਂ ਜ਼ਿੰਦਗੀ ਉਹ ਸੋਹਣੀ ਕਿੱਥੇ ਬਣਨੀ ਹੈ? ਅਭਿਆਸ ਹੈ ਇਹ,
ਹਰ ਚੀਜ਼ ਦਾ ਅਭਿਆਸ ਹੈ। ਇਸ ਕਰਕੇ ਇੱਦਾਂ ਸੋਚਿਆ ਕਰੋ, ਇੱਦਾਂ ਵੀ ਆਨੰਦ ਲੈਣ ਵਾਸਤੇ ਜਾ ਰਹੇ ਹਾਂ, ਬਸ ਇੱਦਾਂ ਅੱਧਾ ਪੌਣਾ ਘੰਟਾ ਖੁਸ਼ ਰਹਿਣ ਵਾਸਤੇ ਜਾ ਰਹੇ ਹਾਂ, ਇੱਦਾਂ ਚਿੰਤਾ ਤੋਂ ਰਹਿਤ ਬੈਠਣਾ ਜਾ ਕੇ। ਇੱਦਾਂ ਜਦੋਂ ਸੋਚਾਂਗੇ ਨਾ, ਫਿਰ ਸਤਸੰਗਤ ਕਰਨ ਦਾ ਆਨੰਦ ਆਏਗਾ। ਪਾਤਸ਼ਾਹ ਕਹਿੰਦੇ ਥਿੱਤ ਪਾਈ, ਥਿੱਤ ਪਾਈ ਦਾ ਕੀ ਅਰਥ ਹੈ? ਪੂਰਨ ਟਿਕਾਓ ਪ੍ਰਾਪਤ ਕਰ ਲਿਆ, ਪੂਰਨ ਦਿਮਾਗੀ ਤੌਰ ਉੱਤੇ ਮੈਂ ਸ਼ਾਂਤੀ ਪ੍ਰਾਪਤ ਕਰ ਲਈ। ਚੁੱਕੇ ਭਰਮ ਗਵਣ, ਚੁੱਕੇ ਦਾ ਕੀ ਅਰਥ ਹੈ? ਚੁੱਕੇ ਗਏ, ਖਤਮ ਹੋ ਗਏ ਭਰਮ ਗਵਣ, ਭਟਕਣਾ ਅਤੇ ਭੁਲੇਖੇ ਆਉਣ ਜਾਣਾ ਅਤੇ ਭੁਲੇਖੇ ਭਰਮ ਖਤਮ ਹੋ ਗਏ, ਹੁਣ ਮੈਂ ਪੂਰਨ ਟਿਕਾਓ ਵਿੱਚ ਹਾਂ। ਪਰ ਪੁੱਛਿਆ ਪਾਤਸ਼ਾਹ, ਇਹ ਥਿੱਤ ਪ੍ਰਾਪਤ ਕਿਵੇਂ ਹੋਈ, ਇਹ ਪੂਰਨ ਟਿਕਾਓ ਕਿਵੇਂ ਆਇਆ? ਸੁਣ ਨਾਨਕ, ਹੇ ਨਾਨਕ ਸੁਣ ਕੇ, ਅਗਲਾ ਕੀ ਬਚਨ ਹੈ? ਸੁਣ ਨਾਨਕ, ਹੇ ਨਾਨਕ, ਇਹ ਭਰਮ ਇਹ ਗਵਣ ਚੁੱਕੇ ਗਏ ਨੇ, ਥਿੱਤ ਪ੍ਰਾਪਤ ਹੋਈ ਹੈ, ਪੂਰਨ ਸ਼ਾਂਤੀ ਪ੍ਰਾਪਤ ਹੋਈ ਹੈ। ਕਿਵੇਂ ਹੋਈ ਹੈ? ਸੁਣ ਨਾਨਕ ਹਰ ਹਰ ਜਸ ਸਰਵਨ, ਸਰਵਨ ਦਾ ਅਰਥ ਕੰਨਾਂ ਦੇ ਨਾਲ, ਕੰਨਾਂ ਦੇ ਨਾਲ ਹਰੀ ਦੇ ਨਾਮ ਜਸ ਨੂੰ ਸੁਣ ਸੁਣ ਕੇ ਮੈਂ ਪੂਰਨ ਟਿਕਾਓ ਪ੍ਰਾਪਤ ਕੀਤਾ ਹੈ। ਅਰਥ ਕੀ ਬਣਿਆ? ਹੁਣ ਇਹਦਾ ਸੌਖਾ ਜਿਹਾ ਅਰਥ ਹੈ ਵੀ ਬੋਲਣ ਤੋਂ ਬਿਨਾਂ ਵੀ ਥਿੱਤ ਪਾਈ ਪ੍ਰਾਪਤ ਕੀਤੀ ਜਾ ਸਕਦੀ ਹੈ, ਜੇ ਤੂੰ ਪਰਮੇਸ਼ਰ ਦੇ ਹਰ ਜਸ ਨੂੰ ਸੁਣਨ ਲੱਗ ਪਵੇ। ਅਤੇ ਗੁਰਮੁਖੋ, ਜਪਜੀ ਸਾਹਿਬ ਦੀ ਬਾਣੀ 'ਤੇ ਚਾਰ ਪੌੜੀਆਂ ਹਾਈ ਸੁਣਨ ਦੀਆਂ ਨੇ। ਸੰਤੋਖ ਕਿਵੇਂ ਪ੍ਰਾਪਤ ਹੋਏਗਾ? ਸੁਣਿਆ ਸਤ ਸੰਤੋਖ ਗਿਆਨ, ਸੁਣਿਆ 68 ਕਾ ਇਸ਼ਨਾਨ, ਸੁਣਿਆ ਈਸ਼ਰ ਵਰਮਾ ਇੰਦ, ਸਭ ਕੁਛ ਸੁਣਨ ਦੇ ਨਾਲ ਹੀ ਹੈ ਨਾ। ਪਾਤਸ਼ਾਹ ਕਹਿੰਦੇ ਈਸ਼ਰ ਵਰਮਾ ਵਰਗੀ ਅਵਸਥਾ ਵੀ ਮਿਲ ਸਕਦੀ ਹੈ, ਬਸ ਕੀ ਕਰਨਾ? ਹਰ ਹਰ ਜਸ ਸਰਵਨ, ਹਰੀ ਅਤੇ ਜਸ ਨੂੰ ਸੁਣਨਾ, ਸੁਣਨਾ ਹੀ ਤਾਂ ਔਖਾ ਗੁਰਮੁਖ। ਇਸ ਕਰਕੇ ਤੋ ਪਾਤਸ਼ਾਹ ਕਹਿੰਦੇ ਭਾਈ, ਜਦੋਂ ਕੋਈ ਹਰੀ ਦੇ ਜਸ ਨੂੰ ਕੰਨਾਂ ਦੇ ਰਾਹੀਂ ਸੁਣਦਾ ਹੈ ਤਾਂ ਫਿਰ ਦਾਤ ਕੀ ਮਿਲਦੀ ਹੈ? ਰਮ ਤਾਂ ਕਰਦੇ ਨੇ, ਤਪਤ ਮਾਹੇ ਠਾਂਡ ਵਰਤਾਈ, ਤਪਦੇ ਹੋਏ ਇਸ ਮਨ ਵਿੱਚ ਠੰਡ ਵਰਤ ਜਾਂਦੀ ਹੈ। ਇੱਦਾਂ ਤਪਤ ਮਾਹੇ ਠਾਂਡ ਵਰਤਾਈ, ਤਪਦੇ ਹੋਏ ਇਸ ਆਤਮਾ ਦੇ ਵਿੱਚ, ਤਪਦੇ ਹੋਏ ਮਨ ਵਿੱਚ, ਜਦੋਂ ਮੈਂ ਕੰਨਾਂ ਦੇ ਰਾਹੀਂ ਹਰੀ ਜਸ ਨੂੰ ਸੁਣਿਆ ਨਾ, ਇਹ ਧਿਆਨ ਰੱਖਣਾ, ਹਰ ਹਰ ਜਸ ਸਰਵਨ, ਜਦੋਂ ਇਹ ਕੰਨਾਂ ਰਾਹੀਂ ਅੰਦਰ ਮੇਰੇ ਇਹ ਜਸ ਗਿਆ, ਤਪਤ ਮਾਹੇ ਠਾਂਡ ਵਰਤਾਈ, ਫਿਰ ਤਪਦੇ ਹੋਏ ਹਿਰਦੇ ਵਿੱਚ ਠੰਡ ਵਰਤ ਗਈ, ਆਨੰਦ ਪਿਆ। ਪਿਆ ਦਾ ਕੀ ਅਰਥ ਹੈ? ਪ੍ਰਾਪਤ ਹੋਇਆ, ਪੂਰਨ ਟਿਕਾਓ, ਪੂਰਨ ਆਨੰਦ ਪ੍ਰਾਪਤ ਹੋਇਆ। ਦੁੱਖ ਨਾਠੇ ਭਾਈ, ਦੁੱਖ ਬਹੁ ਵਚਨ ਹੈ, ਦੁੱਖ ਸਾਰੇ ਨੱਠ ਗਏ ਨੇ, ਭੱਜ ਗਏ ਨੇ। ਕਿਉਂ? ਕਿਉਂਕਿ ਹਰੀ ਦੇ ਜਸ ਨੇ ਮੇਰੇ ਅੰਦਰ ਠੰਡ ਵਰਤਾ ਦਿੱਤੀ ਹੈ। ਇੱਕ ਬੇਨਤੀ ਨੂੰ ਬੜੇ ਧਿਆਨ ਨਾਲ ਸਮਝੋ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੇ ਬਚਨ ਕਿਹਾ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ,
ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ। ਜਿਵੇਂ ਅੰਦਰ ਮਾਂ ਦੇ ਪੇਟ ਦੇ ਵਿੱਚ ਅੱਗ ਬਲਦੀ ਹੈ ਨਾ, ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹਿਤ ਮਰਾਖਣ ਹਾਰੇ। ਜਿਹੜੀ ਗੁਰਮੁਖੋ ਮਾਂ ਦੇ ਪੇਟ ਵਿੱਚ ਜਿਹੜੀ ਗਰਭ ਦੀ ਅੱਗ ਹੈ, ਉਹ ਅੱਗ ਤੋਂ ਕਿਸਨੇ ਸਾਨੂੰ ਬਚਾਇਆ? ਕਹਿਣ ਲੱਗੇ ਤੇਰੀ ਸੁਰਤ ਜੁੜੀ ਹੋਈ ਸੀ ਪਰਮਾਤਮਾ ਦੇ ਨਾਲ, ਅਤੇ ਤੂੰ ਮਾਂ ਦੇ ਪੇਟ ਵਿੱਚ ਅੱਗ ਤੋਂ ਵੀ ਬਚ ਗਿਆ। ਅਤੇ ਜੇ ਅੱਜ ਤੈਨੂੰ ਬਾਹਰ ਮਾਇਆ ਦੀ ਅੱਗ ਤੈਨੂੰ ਸਾੜ ਰਹੀ ਹੈ, ਅਤੇ ਤਰੀਕਾ ਉਹੀ ਵਰਤ ਜਿਹੜਾ ਮਾਂ ਦੀ ਗਰਭ ਦੇ ਵਿੱਚ ਵਰਤਿਆ ਸੀ, ਸੁਰਤ ਜੋੜੀ ਸੀ ਪਰਮਾਤਮਾ ਦੇ ਨਾਲ। ਜੇ ਤੂੰ ਅੱਜ ਵੀ ਸੁਰਤ ਪਰਮਾਤਮਾ ਨਾਲ ਜੋੜ ਲਵੇਂ ਤਾਂ ਬਾਹਰ ਦੀ ਅੱਗ ਤੋਂ ਵੀ ਬਚ ਸਕਦਾ। ਨਹੀਂ ਤਾਂ ਪਾਤਸ਼ਾਹ ਕਹਿੰਦੇ ਦੇਖੋ ਨਾ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਚਾਰ ਤਰ੍ਹਾਂ ਦੀਆਂ ਨਦੀਆਂ ਗੁਰਮੁਖੋ ਆਮ ਇਨਸਾਨ ਦੇ, ਨਾਮ ਜਪਣ ਵਾਲੇ ਦੇ ਨਹੀਂ, ਆਮ ਇਨਸਾਨ ਦੇ ਚਾਰ ਨਦੀਆਂ ਅੱਗ ਦੀਆਂ ਚੱਲਦੀਆਂ ਅੰਦਰ। ਅੱਗ ਦੀ ਨਦੀ ਚੱਲਦੀ ਹੈ ਪੂਰੀ, ਇੱਦਾਂ ਪਾਤਸ਼ਾਹ ਕਹਿੰਦੇ ਚਾਰ ਚੱਲਦੀਆਂ। ਹੰਸ, ਹੰਸ ਕੀ ਹੁੰਦਾ? ਹਿੰਸਾ, ਨਿਰਦਈਪੁਣਾ। ਹੰਸ ਦਾ ਕੀ ਅਰਥ ਹੈ? ਹਿੰਸਾ, ਨਿਰਦਈਪੁਣਾ, ਕਠੋਰਪਣ। ਤਰਸ ਹੀ ਨਹੀਂ ਆਉਂਦਾ ਬੰਦੇ ਨੂੰ, ਕਹਿਣ ਲੱਗੇ ਕਠੋਰਤਾ ਦੀ, ਨਿਰਦਈਪੁਣੇ ਦੀ। ਨਿਰਦਈਪੁਣਾ ਕੀ ਹੁੰਦਾ? ਕਿਸੇ ਨੂੰ ਮਾਰਨਾ ਪਵੇ, ਕਿਸੇ ਨੂੰ ਠੱਗਣਾ ਪਵੇ, ਕਿਸੇ ਦੀ ਬੇਇੱਜ਼ਤੀ ਕਰਨੀ ਪਵੇ, ਕਿਸੇ ਨੂੰ ਨੀਵਾਂ ਦਿਖਾਉਣਾ ਪਵੇ, ਆਪਾਂ ਆਪਣੀ ਗੱਲ ਪੂਰੀ ਕਰਨੀ ਹੈ, ਇਹਨੂੰ ਕਹਿੰਦੇ ਨੇ ਹਿੰਸਾ ਹੇਤ, ਨਿਰਦਈਪੁਣਾ। ਚੱਲਦੀ ਹੈ ਕਿ ਨਹੀਂ ਚੱਲਦੀ ਇਹ ਬਿਰਤੀ ਬੰਦੇ ਦੇ ਅੰਦਰ? ਜੇ ਆਹ ਬਿਰਤੀ ਅੰਦਰ ਚੱਲ ਰਹੀ ਹੈ, ਪਾਤਸ਼ਾਹ ਕਹਿੰਦੇ ਨਦੀ ਚੱਲ ਰਹੀ ਹੈ ਤੇਰੇ ਅੰਦਰ। ਹੰਸ, ਹੰਸ ਦੀ, ਹਿੰਸਾ ਦੀ। ਹੇਤ, ਹੇਤ ਕੀ ਹੁੰਦਾ? ਮਾਇਆ ਦਾ ਮੋਹ। ਲੋਭ, ਲਾਲਚ। 24 ਘੰਟੇ ਲਾਲਚ ਹੈ ਕਿ ਨਹੀਂ ਮਨ 'ਚ? ਨਦੀ ਚੱਲਦੀ ਪਈ ਹੈ, ਪਾਤਸ਼ਾਹ ਕਹਿੰਦੇ ਥੋੜ੍ਹਾ ਨਹੀਂ ਹੈ ਹੰਸ ਤੇਰੇ ਅੰਦਰ, ਹੇਤ ਥੋੜ੍ਹਾ ਨਹੀਂ ਹੈ, ਨਦੀ ਚੱਲਦੀ ਹੈ ਪੂਰੀ। ਲੋਭ ਤੇਰੇ ਅੰਦਰ ਥੋੜ੍ਹਾ ਥੋੜ੍ਹਾ, ਕਿਤੇ ਥੋੜ੍ਹਾ ਬਹੁਤਾ ਲੋਭ ਥੋੜ੍ਹਾ, ਨਦੀ ਚੱਲਦੀ ਹੈ ਲੋਭ ਦੀ ਅੰਦਰ। ਇੱਦਾਂ ਕੋਪ, ਕ੍ਰੋਧ, ਤੈਨੂੰ ਥੋੜ੍ਹਾ ਕ੍ਰੋਧ ਨਹੀਂ ਹੈ, ਤੇਰੇ ਅੰਦਰ ਨਦੀ ਚੱਲਦੀ ਹੈ ਕ੍ਰੋਧ ਦੀਆਂ। ਏ ਥੋੜ੍ਹੀ ਜਿਹੀ ਤੇਰੀ ਗੱਲ ਕੋਈ ਕੱਟਦਾ ਕਿੱਦਾਂ ਭੜਕਦਾ, ਇੱਦਾਂ ਥੋੜ੍ਹੀ ਜਿਹੀ ਗੱਲ ਪਸੰਦ ਨਹੀਂ ਆਉਂਦੀ ਕਿੱਦਾਂ ਗੁੱਸੇ ਹੋ ਜਾਂਦਾ, ਨਦੀ ਵਹਿੰਦੀ ਹੈ ਇੱਦਾਂ। ਪਵੈਂ ਦੱਜੈ ਨਾਨਕਾ। ਪਵੈਂ ਦਾ ਕੀ ਅਰਥ? ਪੈਂਦੇ ਨੇ ਜਿਹੜੇ ਇਸ ਨਦੀਆਂ ਵਿੱਚ ਪੈ ਜਾਂਦੇ ਨੇ, ਦੱਜੈ ਸੜਦੇ ਨੇ ਉਹ। ਦੱਜਿਆਂ ਦਾ ਕੀ ਅਰਥ ਹੈ? ਸੜਦੇ ਨੇ। ਤਰੀਐ, ਇਸ ਨਦੀਆਂ ਤੋਂ ਤਰਿਆ ਜਾ ਸਕੀਦਾ। ਕਰਮੀ ਲੱਗ, ਕਰਮੀ ਦਾ ਕੀ ਅਰਥ ਹੈ? ਬਖਸ਼ਿਸ਼। ਜੇ ਉਸ ਪਰਮਾਤਮਾ ਦੀ ਬਖਸ਼ਿਸ਼ ਨਾਲ ਗੁਰੂ ਦੇ ਚਰਨ ਲੱਗ ਜਾਈਏ ਤਾਂ ਇਸ ਬਲਦੀਆਂ ਹੋਈਆਂ ਅੰਦਰ ਦੀਆਂ ਅੱਗ ਦੀਆਂ ਬਿਲਕੁਲ ਨਦੀਆਂ ਤੋਂ ਬਚਾ ਹੋ ਸਕਦਾ। ਇੱਕੋ ਹੀ ਚੀਜ਼ ਹੈ, ਤਰੀਐ ਕਰਮੀ ਲੱਗ, ਬਖਸ਼ਿਸ਼ ਦੇ ਨਾਲ ਗੁਰੂ ਦੇ ਚਰਨਾਂ ਵਿੱਚ ਲੱਗ ਕੇ ਹੀ ਤਰਿਆ ਜਾ ਸਕੀਦਾ, ਨਦੀਆਂ ਤੋਂ ਪਾਰ ਹੋਇਆ ਜਾ ਸਕੀਦਾ। ਨਹੀਂ ਤਾਂ ਪਾਤਸ਼ਾਹ ਕਹਿੰਦੇ ਜੀਉ ਤਪਤ ਹੈ ਬਾਰੋ ਬਾਰ। ਕਿਹਾ ਨਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ, ਬਾਰੋ ਬਾਰ ਦਾ ਕੀ ਅਰਥ? ਵਾਰ ਵਾਰ ਤਪਦਾ, ਇੱਕ ਵਾਰ ਥੋੜ੍ਹਾ ਤਪਦਾ ਕਿਤੇ, ਵਾਰ ਵਾਰ ਤਪਦਾ ਇਹ। ਇਹਨੂੰ ਵਾਰ ਵਾਰ ਨਿਰਦਈਪੁਣਾ ਅੰਦਰ ਪੈਦਾ ਹੁੰਦਾ, ਵਾਰ ਵਾਰ ਲੋਭ ਪੈਦਾ ਹੁੰਦਾ, ਵਾਰ ਵਾਰ ਕੋਪ ਪੈਦਾ ਹੁੰਦਾ ਇਹਦੇ ਅੰਦਰ।
ਇਹ ਇਹ ਜਿਹੜਾ ਜੀ ਆ ਨਾ, ਜਿੰਦੜੀ ਆ ਜਿਹੜੀ, ਇਹ ਇੱਕ ਦਿਨ ਵਿੱਚ ਗੁਰਮੁਖੋਂ ਕਈ ਵਾਰ ਸੜਦੀ ਹੈ, ਕਈ ਵਾਰ ਤਪਦੀ ਹੈ। ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਬੇਕਾਰ ਦਾ ਅਰਥ ਹੈ ਵਿਕਾਰਾਂ ਵਿੱਚ ਫਸ ਫਸ ਕੇ ਇਹ ਸਾਰਾ ਦਿਨ ਖਪਦਾ। ਜੈ ਤਨ ਬਾਣੀ ਵਿਸਰ ਜਾਈ, ਇਹ ਕਿਉਂ ਹੋਇਆ, ਕਿਉਂ ਮੈਂ 24 ਘੰਟੇ ਖਪ ਰਿਹਾ ਹਾਂ, ਤਪ ਰਿਹਾ ਹਾਂ? ਕਾਰਨ ਕੀ ਹੈ? ਪਾਤਸ਼ਾਹ ਕਹਿੰਦੇ ਜਿਸ ਤਨ ਵਿੱਚੋਂ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਵਿਸਰ ਜਾਈ। ਜੈ ਤਨ, ਜਿਸ ਤਨ ਵਿੱਚੋਂ, ਜਿਸ ਸਰੀਰ ਦੇ ਵਿੱਚੋਂ ਬਾਣੀ, ਬਾਣੀ ਦਾ ਕੀ ਅਰਥ ਹੈ? ਪਰਮਾਤਮਾ ਦੀ ਸਿਫਤ ਸਲਾਹ ਚਲੀ ਗਈ, ਪਰਮਾਤਮਾ ਦੀ ਮਹਿਮਾ ਚਲੀ ਗਈ। ਵਾਹਿਗੁਰੂ ਦੀ ਵਡਿਆਈ ਕਦੇ ਕੀਤੀ ਨਹੀਂ, ਨਾਮ ਕਦੇ ਜਪਿਆ ਹੀ ਨਹੀਂ। ਪਾਤਸ਼ਾਹ ਕਹਿੰਦੇ ਫਿਰ ਉਹਦੀ ਹਾਲਤ ਇੱਦਾਂ ਹੀ ਹੁੰਦੀ ਹੈ ਜਿਵੇਂ ਕੋੜ ਦਾ ਰੋਗੀ ਵਾਰ ਵਾਰ ਤੜਫਦਾ ਹੈ। ਜਿਉਂ ਪੱਕਾ ਰੋਗੀ ਵਿਲ ਲਾਏ, ਪੱਕਾ ਰੋਗ ਦਾ ਕੀ ਅਰਥ ਹੈ? ਕੋੜ ਦਾ ਰੋਗੀ ਤੜਫਦਾ ਭਾਈ, ਤੜਫਦਾ ਬੰਦਾ ਉਵੇਂ ਹੀ ਜਦੋਂ ਪਰਮਾਤਮਾ ਦੀ ਸਿਫਤ ਸਲਾਹ, ਪਰਮਾਤਮਾ ਦੀ ਵਡਿਆਈ ਮਨੁੱਖੀ ਜ਼ਿੰਦਗੀ ਵਿੱਚੋਂ ਖਤਮ ਹੋ ਜਾਂਦੀ ਹੈ। ਤੁਹਾਨੂੰ ਕਿੱਥੇ ਆਨੰਦ ਆਏਗਾ? ਅੱਛਾ, ਇੱਕ ਇੱਕ ਨਾ ਇੱਕ ਬੇਨਤੀ ਹੋਰ ਸਮਝੋ ਜੀ। ਅੱਛਾ, ਕਈ ਚੀਜ਼ਾਂ ਨਾ ਸਾਨੂੰ ਇੱਦਾਂ ਹੀ ਤਪਾਉਂਦੀਆਂ ਨੇ। ਇਹਦਾ ਤਪਾਉਣ ਦਾ ਕੀ ਅਰਥ ਹੈ? ਵੀ ਕੋਈ ਕਾਰਨ ਨਹੀਂ ਹੁੰਦਾ, ਇੱਦਾਂ ਹੀ ਤਪੀ ਜਾਂਦੇ ਹੈ। ਪਰਸੋਂ ਸੰਗਰਾਂਦ ਵਾਲੇ ਦਿਨ ਨਾ ਇੱਕ ਸੱਜਣ ਮੈਨੂੰ ਗੁਰਮੁਖ ਦੁਪਹਿਰੇ ਆਇਆ, ਕੋਈ ਮਿਲਿਆ, ਕਹਿਣ ਲੱਗਾ ਭਾਈ ਸਾਹਿਬ ਮੈਂ ਚਿੰਤਾ ਦੇ ਵਿੱਚ ਬਹੁਤ ਹੈ। ਵੀ ਕੀ ਹੋ ਗਿਆ? ਕਹਿਣ ਲੱਗਾ ਮੈਨੂੰ ਡਰ ਲੱਗਦਾ, ਹੁਣ ਸਮਝੋ ਜੇ ਬੜੇ ਧਿਆਨ, ਕਹਿੰਦਾ ਡਰ ਲੱਗਦਾ ਮੇਰੇ ਦੋ ਬੱਚੇ ਨੇ ਕਿਤੇ ਵਿਗੜ ਨਾ ਜਾਣ। ਅੱਛਾ, ਇਹ ਸੁਭਾਵ ਕੀ ਹੈ ਨਾ ਗੱਲ, ਇਹ ਕਿੱਦਾਂ ਚਿੰਤਾ ਜੀ ਕਰਨੀ? ਮੈਂ ਕਿਹਾ ਵੀ ਬੱਚੇ ਹੈ ਕਿੱਡੇ ਕਿੱਡੇ ਨੇ? ਕਹਿੰਦਾ ਜੀ ਇੱਕ 3 ਸਾਲ ਦਾ, ਇੱਕ 5 ਸਾਲ ਦਾ। ਦੱਸੋ ਵੀ ਇਹ ਚਿੰਤਾ, ਇਹ ਚਿੰਤਾ ਕਿਸ ਹਿਸਾਬ 'ਚ ਹੈ? ਇੱਦਾਂ ਇਹ ਚਿੰਤਾ ਵਿਅਰਥੀ ਹੈ ਨਾ, ਵੀ ਬੱਚੇ ਅਜੇ 3 ਸਾਲ ਦਾ, ਇੱਕ 5 ਸਾਲ ਦਾ। ਅੱਛਾ, ਫਿਕਰ ਕੀ ਪਿਆ ਕਿਤੇ? ਇੱਦਾਂ ਉਮੀਦ ਹੀ ਨਹੀਂ ਹੈ ਇੱਦਾਂ ਵੀ ਇਹ ਚੰਗੇ ਬਣਨਗੇ। ਮਨ ਵਿੱਚ ਕੀ ਆ? ਕਿਤੇ ਵਿਗੜ ਨਾ ਜਾਣ। ਇੱਦਾਂ ਹੀ ਚਿੰਤਾਵਾਂ ਹੁੰਦੀਆਂ ਸਾਡੀਆਂ, ਹਾਏ ਪਤਾ ਨਹੀਂ ਕੀ ਹੋਏਗਾ। ਮੈਂ ਕਿਹਾ ਵੀ ਪਹਿਲੀ ਗੱਲ ਤਾਂ ਇਹ ਹੈ ਵੀ ਆਸ ਹਮੇਸ਼ਾ ਚੰਗੀ ਕਰੀਏ, ਗੁਰੂ ਦੇ ਅੱਗੇ ਅਰਦਾਸ ਕਰੀਏ। ਕਿਉਂ? ਕਿਉਂਕਿ ਹੁਕਮ ਹੈ ਅੰਦਰ, ਸਭ ਉਹਦੇ ਹੁਕਮ ਦੇ ਅੰਦਰ ਹੈ। ਇਹਨਾਂ ਦਾ ਸੰਸਾਰ 'ਤੇ ਆਉਣਾ, ਇਹਨਾਂ ਦਾ ਜਾਣਾ, ਇਹਨਾਂ ਦਾ ਵਿਗੜਨਾ, ਚੰਗਾ ਬਣਨਾ, ਇਹ ਤੂੰ ਇਹ ਛੱਡ ਦੇ ਆਪਣੇ ਆਪ, ਤੇਰੇ ਯਤਨਾਂ ਦੇ ਨਾਲ ਕੁਛ ਨਹੀਂ ਹੋਣਾ। ਬਸ ਤੂੰ ਗੁਰੂ ਅੱਗੇ ਅਰਦਾਸ ਕਰਿਆ ਕਰ ਵੀ ਸਤਿਗੁਰੂ ਪਾਤਸ਼ਾਹ ਕਿਰਪਾ ਕਰੀ, ਪੂਤਾ ਮਾਤਾ ਕੀ ਅਸੀਸ। ਜੇ ਡਰ ਲੱਗਦਾ ਨਾ ਇੱਦਾਂ ਵੀ ਵਿਗੜ ਨਾ ਜਾਣ, ਹਾਏ ਇੱਦਾਂ ਨਾ ਹੋ ਜੇ, ਇੱਕੋ ਹੀ ਸ਼ਬਦ ਪੜ੍ਹਿਆ ਕਰੋ, ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਵਿਸਰੋਂ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਸਤਿਗੁਰ ਤੁਮ ਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ। ਪੜ੍ਹਿਆ ਕਰੋ ਕੋਈ ਸ਼ਬਦ, ਇਸ ਅਰਦਾਸ ਹੈ ਸਾਰੀ ਇਹ। ਜਿਹੜੀ ਗੱਲ ਅੱਜ ਤੋਂ 20 ਸਾਲਾਂ ਬਾਅਦ ਹੋਣੀ ਹੈ, ਐਵੇਂ ਚਿੰਤਾ, ਹਰੇਕ 'ਤੇ ਇੰਝ ਨਾ ਹੋ ਜੇ। ਅੱਛਾ, ਇੱਕ ਹੋਰ ਸਾਡੇ ਦਿਮਾਗ ਅੰਦਰ ਹੈ ਕੁਛ ਨਹੀਂ ਚਿੰਤਾ, ਇੱਦਾਂ ਲੋਕ ਕੀ ਕਹਿਣਗੇ?
ਇਹ ਇੱਕ ਬਹੁਤ ਇਹ ਬਹੁਤ ਵੱਡੀ ਸਮੱਸਿਆ। ਹਾਏ ਲੋਕ ਕੀ ਕਹਿਣਗੇ। ਕਈਆਂ ਕਈਆਂ ਦਾ ਤਾਂ ਮਨ ਇੱਦਾਂ ਦਾ ਨਾ, ਇੱਦਾਂ ਦਾ ਮਨ ਇਹਨਾਂ ਕੋਲੋਂ ਕਮਜ਼ੋਰ ਹੈ, ਇੱਦਾਂ ਕਮਜ਼ੋਰ ਹੈ ਵੀ ਜੇ ਕਿਤੇ ਕੱਪੜਾ ਵੀ ਕਿਤੇ ਪੁਰਾਣਾ ਪਾ ਲਿਆ ਨਾ, ਹਾਏ ਲੋਕ ਕੀ ਕਹਿਣਗੇ, ਕਿ ਕੁਛ ਨਹੀਂ ਕਹਿਣਾ ਕਿਸੇ ਨੇ। ਐਵੇਂ ਚਿੰਤਾ 'ਚ ਕੁਛ ਨਹੀਂ ਕਿਸੇ ਨੇ ਕਿਹਾ ਇੱਦਾਂ। ਇਸ ਕਰਕੇ ਬਹੁਤੀਆਂ ਜਿਹੜੀਆਂ ਚਿੰਤਾਵਾਂ ਨੇ ਨਾ ਸਾਡੀਆਂ, ਜੇ ਅਸੀਂ ਇੱਦਾਂ ਜੇ ਸੱਚਮੁੱਚ ਇੱਦਾਂ ਕਹਿ ਦਈਏ ਵੀ ਪਰਮਾਤਮਾ ਨੇ ਕਰਨਾ ਜੋ ਕੁਛ ਕਰਨਾ, ਬਸ ਉਹਦੇ ਹੱਥ ਹੈ ਡੋਗਾ। ਸਾਡੀਆਂ ਅਰਦਾਸਾਂ ਨੇ, ਕਿਸਾਨ ਫਸਲ ਬੀਜਦਾ ਗੁਰਮੁਖੋ, ਸੁਪਨੇ ਕਿਸੇ ਨੂੰ ਆਉਂਦਾ ਵੀ ਇਸ ਵਾਰ ਨਾ ਫਸਲ ਦੇ ਵਿੱਚੋਂ ਇੱਦਾਂ, ਉਹ ਕਦੇ ਨਹੀਂ ਸੋਚਦਾ ਵੀ ਗੜੇ ਆਉਣਗੇ, ਫਸਲ ਮਰ ਜਾਏਗੀ, ਸੁੰਡੀ ਪੈ ਜੇ, ਕਦੇ ਨਹੀਂ ਸੋਚਦਾ। ਕਿ ਸੋਚਦਾ ਵੀ ਇਸ ਵਾਰ ਨਾ ਫਸਲ ਵਧੀਆ ਹੋਣੀ ਹੈ, ਇਸ ਵਾਰ ਨਾ 2 ਕਿੱਲੇ ਹੋਰ ਲਵਾਂਗੇ। ਉਮੀਦ ਹੈ ਨਾ ਚੰਗੇ ਦੀ, ਚੰਗੇ ਦੀ ਉਮੀਦ ਹੈ। ਜਦੋਂ ਕਿ ਇਹ ਹੋ ਸਕਦਾ ਵੀ ਸੁੰਡੀ ਪੈ ਜੇ, ਮੀਂਹ ਪੈ ਜੇ, ਇੱਦਾਂ ਸਮੱਸਿਆ ਹੋਰ ਵੀ ਆ ਜੇ, ਰੇਟ ਨਾ ਵਧੀਆ ਮਿਲੇ, ਉਹ ਸਾਡੇ ਹੱਥ ਹੀ ਨਹੀਂ ਹੈ ਕੁਛ। ਉਮੀਦ ਚੰਗੇ ਦੀ ਕਰਨੀ ਚਾਹੀਦੀ ਹਮੇਸ਼ਾ, ਵੀ ਚੰਗਾ ਹੀ ਹੋਏਗਾ ਇੱਦਾਂ। ਇਸ ਕਰਕੇ ਜਿਹੜੀ ਬਾਣੀ ਹੈ ਨਾ, ਇਹ ਸਾਨੂੰ ਚਿੰਤਾਵਾਂ ਤੋਂ ਹੀ ਦੂਰ ਕਰਦੀ ਹੈ। ਜਦੋਂ ਬੱਚਨ ਇੱਦਾਂ ਪੜ੍ਹਦੇ ਆ ਵੀ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਚਿੰਤਾ ਮਿਟ ਜਾਣੀ ਚਾਹੀਦੀ ਹੈ, ਮਨ ਸ਼ਾਂਤ ਹੋ ਜਾਣਾ ਚਾਹੀਦਾ, ਕੋਈ ਗੱਲ ਨਹੀਂ, ਫਿਕਰ ਨਹੀਂ, ਬਸ। ਮੈਂ ਤਾਂ ਕਹਿੰਦਾ ਹੁੰਦਾ ਇੱਦਾਂ ਵੀ ਜੇ ਕਹਿ ਲਓ ਵੀ ਵਿਗੜ ਜਾਣਗੇ, ਇੱਦਾਂ ਮੰਨ ਲਓ, ਨਾ ਮੇਰੇ ਨਾਲ ਪਹਿਲੀ ਵਾਰ ਹੋਣੀ ਆ, ਨਾ ਮੇਰੇ ਨਾਲ ਅਖੀਰ ਵਾਰ ਹੋਣੀ ਹੈ, ਮੈਂ ਕੋਈ ਪਹਿਲਾ ਬੰਦਾ ਨਹੀਂ ਹਾਂ, ਮੈਂ ਕੋਈ ਅਖੀਰਲਾ ਬੰਦਾ ਨਹੀਂ ਹਾਂ, ਕੁਛ ਵੀ ਨਹੀਂ। ਕਿਤੇ ਪਿਰਥੀ ਚੰਦ ਤੋਂ ਵੱਧ ਤਾਂ ਨਹੀਂ ਕੋਈ ਵਿਗੜ। ਮੈਂ ਗੁਰਮੁਖ ਹਮੇਸ਼ਾ ਕਹਿੰਦਾ ਹੁੰਦਾ ਪਿਰਥੀ ਚੰਦ ਤੋਂ ਵੱਧ ਕੋਈ ਨਹੀਂ ਵਿਗੜ ਸਕਦਾ, ਇਹ ਇਤਿਹਾਸ ਵਿੱਚੋਂ ਸਿੱਖ ਲਿਆ ਕਰੀਏ। ਪਰ ਕਿਤੇ ਚਿੰਤਾ ਹੈ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਦੇ ਕਿੱਦਾਂ, ਕਿਤੇ ਉਲਾਂਭਾ ਹੈ ਪਰਮਾਤਮਾ ਪ੍ਰਤੀ ਗੁਰੂ ਰਾਮਦਾਸ ਸਾਹਿਬ ਦੇ ਮਨ ਵਿੱਚ? ਬਿਲਕੁਲ ਹੀ ਨਹੀਂ। ਸ਼ੁਕਰਾਨਾ ਕੀ ਹੈ ਵੀ ਗੁਰੂ ਅਰਜਨ ਸਾਹਿਬ ਵਰਗਾ ਪੁੱਤਰ ਮੈਨੂੰ ਮਿਲਿਆ, ਇਸ ਗੱਲ ਦਾ ਮਾਣ ਹੈ। ਜਿਹੜਾ ਚੰਗਾ ਹੈ ਨਾ, ਉਹਦਾ ਮਾਣ ਹੈ, ਉਹਦਾ ਸ਼ੁਕਰਾਨਾ ਹੈ ਪਰਮੇਸ਼ਰ ਅੱਗੇ। ਇਸ ਕਰਕੇ ਬਹੁਤੀਆਂ ਜਿਹੜੀਆਂ ਚਿੰਤਾਵਾਂ ਨੇ ਨਾ, ਉਹ ਸਾਡੀਆਂ ਇੱਦਾਂ ਹੀ ਹੁੰਦੀਆਂ ਹੀ ਨਹੀਂ, ਇੱਦਾਂ ਹੀ ਕਰੀ ਜਾਂਦੇ, ਹਾਏ ਪਤਾ ਨਹੀਂ ਲੋਕ ਕੀ ਕਹਿਣਗੇ, ਵੀ ਹੁਣ ਵੀ ਕੁਛ ਨਹੀਂ ਕਹਿੰਦੇ, ਬਾਅਦ 'ਚ ਕੁਛ ਨਹੀਂ ਕਹਿਣਾ। ਕਿਸੇ ਕੋਲ ਕਿੱਥੇ ਇੱਦਾਂ, ਕਿਸੇ ਕੋਲ ਕਿੱਥੇ ਟਾਈਮ ਹੈ ਗੁਰਮੁਖੋ ਇੰਨਾ। ਇਸ ਕਰਕੇ ਚਿੰਤਾਵਾਂ ਤੋਂ ਮੁਕਤ ਹੋ, ਇਹਦਾ ਸ਼ਾਂਤ ਲੰਮਾ ਜਿਹਾ ਸਾਹ ਲੈ ਕੇ ਨਾ ਵਾਹਿਗੁਰੂ ਕਹਿ ਦਿਆ ਕਰੋ, ਬਸ ਗੱਲ ਬਣ ਜਾਏਗੀ। ਤੋ ਪਾਤਸ਼ਾਹ ਕਹਿੰਦੇ ਨੇ ਆਨੰਦ ਪਿਆ ਦੁੱਖ ਨਾ ਠੇ ਪਾਈ, ਜਨਮ ਮਰਨ ਕੇ ਮਿੱਟੇ ਅੰਦੇਸੀ। ਅੰਦੇਸੀ ਕੀ ਹੁੰਦੇ ਨੇ? ਤੌਖਲੇ, ਫਿਕਰ, ਝੋਰੇ। ਜਨਮ ਮਰਨ ਕੇ ਮਿੱਟੇ ਅੰਦੇਸੀ, ਸਭ ਤੋਂ ਵੱਡਾ ਦੁੱਖ ਹੀ ਜਨਮ ਅਤੇ ਮਰਨ ਦਾ ਹੈ। ਪਰ ਪਾਤਸ਼ਾਹ ਕਹਿੰਦੇ ਜਦੋਂ ਕੋਈ ਹਰੀ ਦਾ ਜਸ ਕੰਨਾਂ ਦੇ ਨਾਲ ਸੁਣ ਲੈਂਦਾ ਨਾ, ਫਿਰ ਇਹ ਸਭ ਤੋਂ ਵੱਡਾ ਦੁੱਖ ਹੈ ਜਨਮ ਮਰਨ ਦਾ, ਇਹਦਾ ਤੌਖਲਾ, ਇਹਦਾ ਫਿਕਰ ਵੀ ਜ਼ਿੰਦਗੀ ਵਿੱਚੋਂ ਮੁੱਕ ਜਾਂਦਾ। ਕਿਉਂ? ਜਨਮ ਮੇਰੇ ਹੱਥ ਵਿੱਚ ਨਹੀਂ ਹੈ, ਮੌਤ ਮੇਰੇ ਹੱਥ ਵਿੱਚ ਨਹੀਂ ਹੈ, ਫਿਰ ਫਿਕਰ ਕਿਉਂ ਕਰਨਾ? ਸੂਰਜ ਨਿਕਲਣਾ ਸਾਡੇ ਹੱਥ ਵਿੱਚ ਨਹੀਂ ਹੈ, ਸੂਰਜ ਦਾ ਛਿਪ ਜਾਣਾ ਸਾਡੇ ਹੱਥ ਵਿੱਚ ਨਹੀਂ ਹੈ। ਸਾਡੇ ਹੱਥ ਵਿੱਚ ਕੀ ਹੈ? ਵੀ ਸੂਰਜ ਛਿਪਣ ਤੋਂ ਪਹਿਲਾਂ ਜ਼ਿੰਦਗੀ ਜਿਹੜੀ ਜਿਉਣੀ ਹੈ ਉਹ ਕਿੱਦਾਂ ਜਿਉਣੀ ਹੈ, ਸਾਡੇ ਹੱਥ ਵਿੱਚ ਹੈ। ਸੂਰਜ ਦਾ ਛਿਪਣਾ ਸਾਡੇ ਹੱਥ ਵਿੱਚ ਨਹੀਂ ਹੈ, ਉਹ ਛਿਪ ਹੀ ਜਾਣਾ, ਜਿੰਨਾ ਮਰਜ਼ੀ ਜ਼ੋਰ ਲਾ ਲਓ। ਸਾਡੇ ਹੱਥ ਵਿੱਚ ਕੀ ਹੈ?
ਜਿਹੜੀ ਆ ਛਿਪਣ ਤੋਂ ਪਹਿਲਾਂ ਪਹਿਲਾਂ ਜ਼ਿੰਦਗੀ, 7 ਵਜੇ ਤੋਂ ਪਹਿਲਾਂ ਪਹਿਲਾਂ ਦੀ ਚਾਨਣ ਵਾਲੀ ਜ਼ਿੰਦਗੀ ਹੈ, ਇਹਨੂੰ ਸੌਂ ਕੇ ਗੁਜ਼ਾਰਨਾ, ਇਹਨੂੰ ਬਾਣੀ ਪੜ੍ਹ ਕੇ ਗੁਜ਼ਾਰਨਾ, ਇਹਨੂੰ ਖਾ ਪੀ ਕੇ ਗੁਜ਼ਾਰਨਾ ਦਿਨ ਸਾਰਾ, ਜਾਂ ਇਹਨੂੰ ਚੰਗਾ ਕਰਮ ਕਰਕੇ ਸੇਵਾ ਕਰਕੇ ਗੁਜ਼ਾਰਨਾ, ਇਹ ਸਾਡੇ ਹੱਥ ਵਿੱਚ ਹੈ ਬਸ। ਮੌਤ ਸਾਡੇ ਹੱਥ ਵਿੱਚ ਹੀ ਨਹੀਂ, ਪਰ ਜ਼ਿੰਦਗੀ ਕਿਵੇਂ ਜਿਉਣੀ ਸਾਡੇ ਹੱਥ ਵਿੱਚ ਹੈ। ਜ਼ਿੰਦਗੀ ਜਿਉਣਾ ਸਿੱਖੀਏ ਗੁਰਮੁਖੋ, ਮੌਤ ਦਾ ਫਿਕਰ ਨਾ ਕਰੋ। ਇੱਦਾਂ ਕਰਕੇ ਪਾਤਸ਼ਾਹ ਕਹਿੰਦੇ ਨੇ, ਜਨਮ ਮਰਨ ਕੇ ਮਿਟੇ ਅੰਦੇਸ਼ੇ, ਸਾਧੂ ਕੇ ਪੂਰਨ ਉਪਦੇਸ਼ੇ। ਇਹ ਸਭ ਕੁਛ ਗੁਰੂ ਦੇ ਪੂਰੇ ਉਪਦੇਸ਼ ਦੇ ਨਾਲ ਹੀ ਪ੍ਰਾਪਤ ਹੋਇਆ ਹੈ। ਭਉ ਚੂਕਾ, ਮਨ ਵਿੱਚੋਂ ਭੈ ਖਤਮ ਹੋ ਗਿਆ, ਕਿਸੇ ਵੀ ਤਰ੍ਹਾਂ ਦਾ ਭੈ। ਨਿਰਭਉ ਹੋਏ ਬਸੇ, ਬਸੇ ਦਾ ਕੀ ਅਰਥ ਹੈ? ਵਸਦੇ ਹਾਂ, ਰਹਿੰਦੇ ਹਾਂ। ਹੁਣ ਭਾਈ ਜਸ ਹਰਿਦਾ ਜਸ ਸੁਣਿਆ ਹੈ ਕੰਨਾਂ ਦੇ ਨਾਲ, ਹੁਣ ਮੇਰੇ ਮਨ ਵਿੱਚੋਂ ਸਭ ਭੈ ਖਤਮ ਹੋ ਗਏ ਨੇ, ਮੈਂ ਨਿਰਭਉ ਹੋ ਕੇ ਵਸਦਾ ਹਾਂ। ਸਗਲ ਵਿਆਧ, ਵਿਆਧ ਹੁੰਦਾ ਸਰੀਰਕ ਰੋਗ, ਮਨ ਤੇ ਖੈ ਨਸੇ। ਸਾਰੇ ਸਰੀਰਕ ਰੋਗ, ਸਾਰੇ ਮਨ ਦੇ ਰੋਗ ਖੈ ਨਸੇ, ਨਾਸ਼ ਹੋ ਗਏ ਨੇ, ਖਤਮ ਹੋ ਗਏ ਹਨ। ਜਿਸ ਕਾ ਸਾ ਤਿੰਨ ਕਿਰਪਾ ਧਾਰੀ, ਪਰ ਨਾਲ ਕਹਿੰਦੇ ਨੇ ਇਹ ਮੇਰੇ ਯਤਨਾਂ ਨਾਲ ਨਹੀਂ ਹੋਇਆ। ਤਪਦੇ ਹੋਏ ਹਿਰਦੇ 'ਚ ਠੰਡ ਵਰਤ ਗਈ, ਦੁੱਖ ਭੱਜ ਕੇ ਆਨੰਦ ਪ੍ਰਾਪਤ ਹੋਇਆ, ਜਨਮ ਮਰਨ ਦਾ ਅੰਦੇਸ਼ੇ ਮਿਟ ਗਏ, ਭਉ ਚੁੱਕਿਆ ਗਿਆ, ਨਿਰਭਉ ਜ਼ਿੰਦਗੀ ਹੋ ਗਈ। ਪਰ ਨਾਲ ਪਾਤ ਸਗਲ ਵਿਆਧ, ਮਨ ਤੇ ਖੈ ਨਸੇ, ਸਰੀਰਕ ਅਤੇ ਮਨ ਦੇ ਰੋਗ ਖਤਮ ਹੋ ਗਏ। ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਇਹਨਾਂ ਵਿੱਚੋਂ ਕੁਛ ਵੀ ਮੇਰੇ ਯਤਨਾਂ ਨਾਲ ਨਹੀਂ ਹੋਇਆ। ਹੋਇਆ ਕਿਵੇਂ? ਜਿਸ ਕਾ ਸਾ ਤਿੰਨ ਕਿਰਪਾ ਧਾਰੀ, ਜਿਸ ਪਰਮਾਤਮਾ ਦਾ ਮੈਂ ਹਾਂ, ਜਿਸ ਕਾ ਸਾ, ਜਿਸ ਪਰਮਾਤਮਾ ਨੇ ਮੇਰੀ ਸਿਰਜਣਾ ਕੀਤੀ, ਤਿੰਨ ਕਿਰਪਾ ਧਾਰੀ, ਉਸ ਪਰਮਾਤਮਾ ਨੇ ਕਿਰਪਾ ਕੀਤੀ ਹੈ। ਅਰਥ ਕੀ ਬਣਿਆ? ਇਹ ਯਤਨਾਂ ਦੇ ਨਾਲ ਨਹੀਂ, ਇਹ ਸਭ ਕੁਛ ਉਹਦੀ ਕਿਰਪਾ ਦੇ ਨਾਲ ਹੁੰਦਾ। ਗੁਰਮੁਖੋ, ਸਦਾ ਹੀ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਮੰਗੀਏ। ਸਾਧ ਸੰਗ ਜਪ ਨਾਮ ਮੁਰਾਰੀ, ਜਦੋਂ ਮੈਂ ਸਾਧ ਦੀ ਸੰਗਤ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਿਆ, ਥਿੱਤ ਪਾਈ ਚੂਕੇ ਭਰਮ ਗਮਨ। ਭਰਮ ਦਾ ਅਰਥ ਹੈ ਭਟਕਣਾ, ਗਮਨ ਦਾ ਅਰਥ ਹੈ ਆਉਣਾ ਜਾਣਾ। ਥਿੱਤ ਪਾਈ ਪੂਰਨ ਟਿਕਾਓ ਪ੍ਰਾਪਤ ਹੋ ਗਿਆ ਹੈ, ਚੂਕੇ ਭਰਮ ਗਮਨ, ਜ਼ਿੰਦਗੀ ਦੀ ਭਟਕਣਾ ਆਉਣਾ ਜਾਣਾ ਭੁਲੇਖੇ ਚੁੱਕੇ ਗਏ ਹਨ। ਕਦੋਂ? ਸੁਣ ਨਾਨਕ, ਹੇ ਨਾਨਕ ਸੁਣ ਕੇ। ਕੀ ਸੁਣ ਕੇ? ਹਰ ਹਰ ਜਸ ਸਰਵਨ, ਕੰਨਾਂ ਦੇ ਨਾਲ ਹਰੀ ਦਾ ਜਸ ਸੁਣ ਕੇ। ਬਸ ਗੁਰਮੁਖ ਸੁਣਨਾ ਸ਼ੁਰੂ ਕਰ ਦਈਏ। ਮੈਂ ਤਾਂ ਨਾ ਮੈਂ ਤਾਂ ਕਈ ਵਾਰ ਇੱਦਾਂ ਵੀ ਸੋਚਦਾ ਹੁੰਦਾ, ਇੱਕ ਮਿੰਟ ਕਰੀਏ ਸਮਾਪਤੀ, ਜੇ ਆਪਾਂ ਨਾ ਜ਼ਿੰਦਗੀ ਦੇ ਹਰ ਇੱਕ ਖੇਤਰ ਜਿੱਥੇ ਵੀ ਆਪਾਂ ਜਿੱਥੇ ਵੀ ਰਹਿੰਦੇ ਹਾਂ, ਜਾਂ ਹਰ ਸਮੇਂ, ਇਕੱਲਾ ਇਕੱਲਾ ਗੁਰਦੁਆਰੇ ਨਹੀਂ, ਜਾਂ ਇਕੱਲੀ ਇੱਦਾਂ ਨਹੀਂ ਵੀ ਇਕੱਲੀ ਗੁਰੂ ਦੀ ਬਾਣੀ ਸੁਣਨੀ ਹੈ, ਵੈਸੇ ਵੀ ਆਪਾਂ ਘਰ ਦੇ ਵਿੱਚ ਵੀ ਆਮ ਜ਼ਿੰਦਗੀ ਦੇ ਵਿੱਚ ਜੇ ਸੁਣਨਾ ਬੋਲਣ ਦੇ ਨਾਲੋਂ ਸੁਣਨ ਨੂੰ ਪਹਿਲ ਦੇ ਦਈਏ ਨਾ, ਆਮ ਜ਼ਿੰਦਗੀ ਦੇ ਵਿੱਚ ਵੀ ਆਪਾਂ ਪਰਿਵਾਰ ਵਿੱਚ ਰਹਿੰਦੇ ਹਾਂ ਵੀ, ਜੇ ਸੁਣ ਬੋਲਣ ਦੇ ਨਾਲੋਂ ਸੁਣਨ ਨੂੰ ਪਹਿਲ ਦੇ ਦਈਏ, ਅੱਧੀਆਂ ਸਮੱਸਿਆਵਾਂ ਝਗੜੇ ਘੱਟ ਜਾਣਗੇ।
ਅੱਛਾ, ਨਿੱਕੇ ਨਿੱਕੇ ਬੱਚਿਆਂ ਦੀ ਸ਼ਿਕਾਇਤ ਕੀ ਹੁੰਦੀ ਹੈ? ਮੰਮੀ ਗੱਲ ਨਹੀਂ ਸੁਣਦੀ, ਇਹੀ ਹੁੰਦੀ ਹੈ ਨਾ। ਪੁੱਤ ਜਵਾਨ ਹੁੰਦਾ, ਉਹਦੀ ਕੀ ਸ਼ਿਕਾਇਤ ਹੁੰਦੀ ਹੈ? ਡੈਡੀ ਗੱਲ ਨਹੀਂ ਸੁਣਦਾ, ਹੁੰਦੀ ਹੈ ਨਾ ਇਹ ਗੱਲ। ਘਰ ਵਿੱਚ ਪੁੱਤ ਵਿਆਹਿਆ, ਨੂੰਹ ਘਰ ਵਿੱਚ ਲਿਆਂਦੀ, ਨੂੰਹ ਦੀ ਕੀ ਸਮੱਸਿਆ? ਬੇਬੇ ਗੱਲ ਨਹੀਂ ਸੁਣਦੀ, ਹੁੰਦੀ ਹੈ ਕਿ ਨਹੀਂ ਹੁੰਦੀ ਇਹ ਗੱਲ? ਹੁੰਦੀ ਹੈ। ਅੱਧੀ ਅਰਥ ਜੇ ਸੁਣ ਸੁਣਾ ਭਾਈ ਕੀ ਸੁਣਾਉਣਾ, ਬਿਠਾ ਲਓ ਕੋਲ, ਲਿਆ ਪੁੱਤ, ਤੂੰ ਕਹਿਣਾ ਨਾ ਵੀ ਗੱਲ ਨਹੀਂ ਲਿਆ, ਸੁਣਾ ਕੀ ਸੁਣਾਉਣਾ ਤੂੰ। ਲੈ 10 ਮਿੰਟ ਬਾਅਦ ਸ਼ਾਂਤ ਹੋ ਜਾਏਗਾ ਬੱਚਾ। ਕਰ ਕਦੇ ਕਰਕੇ ਦੇਖੀਏ ਨਾ ਇੱਦਾਂ, ਨਹੀਂ ਲਓ ਲਓ ਭਾਈ ਸੁਣਾਓ। ਅਸਲ ਹੈ ਗੁਰਮੁਖੋ, ਅਸੀਂ ਘਰਾਂ ਪਰਿਵਾਰਾਂ ਵਿੱਚ ਇੱਦਾਂ ਇੱਕ ਦੂਜੇ ਨੂੰ ਸੁਣਨਾ ਬੰਦ ਕਰ ਦਿੱਤਾ। ਇਹ ਬਹੁਤ ਵੱਡੀ ਸਮੱਸਿਆ ਸਾਡੇ ਘਰਾਂ ਦੇ ਵਿੱਚ, ਇੱਕ ਦੂਜੇ ਦੀ ਗੱਲ ਸੁਣਨ ਦੇ ਵੀ ਟਾਈਮ ਨਹੀਂ ਸਾਡੇ ਕੋਲ, ਇਕੱਠੇ ਬਹਿੰਦੇ ਨਹੀਂ ਇੱਦਾਂ। ਇਹ ਯਤਨ ਕਰਿਆ ਕਰੋ ਇੱਦਾਂ ਹਮੇਸ਼ਾ ਹੀ ਘਰ ਦੀ ਟੇਬਲ ਦੇ ਉੱਤੇ ਘੱਟੋ ਘੱਟ ਨਾ ਇੱਦਾਂ ਸ਼ਾਮ ਦੇ ਵੇਲੇ ਘੱਟੋ ਘੱਟ ਵੀ ਘੰਟਾ ਇਕੱਠੇ ਬੈਠ ਕੇ ਜਿਹੜੀ ਸ਼ਾਮ ਦੀ ਰੋਟੀ ਹੈ ਨਾ ਇਕੱਠੀ ਖਾਧੀ ਜਾਵੇ। ਇਹ ਹੋਣਾ ਚਾਹੀਦਾ ਇੱਦਾਂ, ਠੀਕ ਹੈ ਆਸੇ ਪਾਸੇ ਸਾਰਾ ਦਿਨ ਫਿਰਦੇ ਹਾਂ ਇੱਦਾਂ, ਪਰ ਜਿਹੜੀ ਸ਼ਾਮ ਦੀ ਰੋਟੀ ਹੈ ਨਾ ਉਹ ਇੱਕ ਟੇਬਲ ਉੱਤੇ ਇੱਦਾਂ ਬੈਠ ਕੇ ਸਾਰੇ ਇਕੱਠੇ ਖਾਣ, ਇੱਦਾਂ ਖਾਣਗੇ, ਗੱਲਬਾਤ ਕਰਨਗੇ, ਇੱਕ ਸੁਣਨਾ ਸ਼ੁਰੂ ਕਰੀਏ ਇੱਕ ਦੂਜੇ ਨੂੰ। ਸੁਣਨ ਲੱਗ ਪਵਾਂਗੇ, ਬੋਲਣਾ ਘੱਟ ਹੋ ਜਾਏਗਾ। ਸੱਚ ਹੈ ਜ਼ਿੰਦਗੀ ਦੇ ਅੱਧੀਆਂ ਚਿੰਤਾਵਾਂ ਦੁੱਖ ਝੋਰੇ ਘੱਟ ਜਾਣਗੇ। ਬਜ਼ੁਰਗਾਂ ਦੇ ਮੈਂ ਕ੍ਰਮ ਸਮਾਪਤੀ ਪਿਛਲੇ 3 ਕੁ ਮਹੀਨੇ ਪਹਿਲਾਂ ਨਾ ਮੈਂ ਇੱਦਾਂ ਪਿੰਡ ਗਿਆ ਆਪਣੇ, ਅਤੇ ਮੇਰਾ ਯਤਨ ਹੁੰਦਾ ਮੈਂ ਜਦੋਂ ਪਿੰਡ ਜਾਂਦਾ ਇੱਕ ਤਾਂ ਮੈਂ ਪਿੰਡ ਦੀ ਸੱਥ ਜ਼ਰੂਰ ਜਾਵਾਂ, ਘੰਟਾ 2 ਘੰਟੇ ਉੱਤੇ ਬੈਠ ਕੇ ਜਾਵਾਂ, ਕਿਉਂਕਿ ਸਾਰੇ ਪਿੰਡ ਦੀ ਖਬਰ ਮਿਲ ਜਾਂਦੀ ਹੈ ਉੱਥੋਂ। ਪਿੰਡ ਸੱਥ ਅੱਜ ਵੀ ਲੱਗਦੀ ਪੰਜਾਬ ਵਿੱਚ, ਤਾਂ ਇੱਦਾਂ ਸੱਥਾਂ 'ਚ ਬਾਪੂ ਬੈਠੇ ਹੁੰਦੇ। ਦੂਜਾ ਇਹ ਹੁੰਦਾ ਵੀ ਜਿਹੜੇ ਪਿੰਡ ਦੇ ਪੁਰਾਣੇ ਬਜ਼ੁਰਗ ਨੇ 70 ਸਾਲ ਤੋਂ ਉੱਪਰ ਵਾਲੇ, ਉਹਨਾਂ ਨੂੰ ਮਿਲ ਕੇ ਕਿਤੇ ਜ਼ਰੂਰ ਆਈਏ ਇੱਦਾਂ। ਪਿਛਲੇ ਸਾਲ ਮੈਂ ਗਿਆ, ਉਹ ਸਾਡੇ 90 ਸਾਲ ਦਾ ਬਾਪੂ, 100 ਕਿੱਲਾ ਉਹਦੇ ਕੋਲ ਜ਼ਮੀਨ, ਅਤੇ ਮੈਂ ਉਹਦੇ ਕੋਲ ਘਰ ਮਿਲਣ ਵਾਸਤੇ ਗਿਆ। ਪੁੱਤਾਂ ਨੇ ਇੱਕ ਕੋਠੀ ਇੱਧਰ ਪਾਈ, ਇੱਕ ਕੋਠੀ ਇੱਧਰ ਪਾਈ, ਅਤੇ ਬਾਪੂ ਦਾ ਨਾ ਘਰ ਵਿੱਚ ਵਿਚਕਾਰ ਇੱਦਾਂ, ਉਹ ਕਹਿੰਦਾ ਮੈਂ ਇੱਥੇ ਹੀ ਰਹਿਣਾ ਪੁਰਾਣੇ 'ਚ, ਮੈਂ ਨਹੀਂ ਤੁਹਾਡੀ ਨਵੀਂ ਕੋਠੀ 'ਚ ਜਾਣਾ। ਉਹ ਮੈਂ ਜਦੋਂ ਅੰਦਰ ਗਿਆ ਨਾ, ਅੰਦਰ ਗਿਆ ਅਤੇ ਇੱਦਾਂ ਮੈਂ ਦੱਸਿਆ ਉਹਨੂੰ, ਬਾਪੂ ਮੈਂ ਫਲਾਣਾ ਸਿੰਘ ਦਾ ਪੁੱਤ ਹਾਂ ਇੱਦਾਂ। ਉਹ ਖੁਸ਼ ਹੋ ਗਿਆ ਇੱਦਾਂ, ਕਹਿੰਦਾ ਉਹ ਤਾਂ ਮੇਰਾ ਮਿੱਤਰ ਹੁੰਦਾ ਸੀ। ਕਹਿੰਦਾ ਪੁੱਤ ਚੰਗਾ ਤੂੰ ਆ ਗਿਆ ਮੈਨੂੰ ਮਿਲਣ ਵਾਸਤੇ, ਮੈਨੂੰ ਮਿਲਣ ਵਾਸਤੇ ਨਹੀਂ ਆਉਂਦਾ ਕੋਈ, ਘੰਟਾ 2 ਘੰਟੇ ਬੈਠੇ ਇੱਦਾਂ, ਖੁਸ਼ ਹੋ ਗਿਆ ਇੱਦਾਂ। ਕਹਿੰਦਾ ਗੱਲਾਂ ਕਰਨ ਨੂੰ ਬਹੁਤ ਮਨ ਕਰਦਾ, ਕੋਈ ਸੁਣਨ ਵਾਲਾ ਨਹੀਂ ਹੁੰਦਾ, ਕੋਈ ਬੈਠਣ ਵਾਲਾ ਨਹੀਂ ਕੋਲ ਹੁੰਦਾ। ਹੁੰਦਾ ਗੁਰਮੁਖ, ਕਿਸੇ ਕੋਲ ਬੈਠੀਏ, ਉਹਦੀ ਗੱਲ ਸੁਣੀਏ ਨਾ, ਇਹ ਚੇਤਾ ਰੱਖੋ ਜੀ। ਇਹ ਬਹੁਤ ਵੱਡਾ ਪੁੰਨ ਹੈ, ਕਿਸੇ ਦੇ ਦੁੱਖ ਨੂੰ, ਕਿਸੇ ਦੀ ਚਿੰਤਾ ਨੂੰ ਸੁਣ ਲੈਣਾ। ਯਤਨ ਕਰਿਆ ਕਰੋ, ਕਿਸੇ ਬਜ਼ੁਰਗ ਦੇ ਕੋਲੋਂ ਬੈਠੋ, ਉਹਦੀਆਂ ਗੱਲਾਂ ਸੁਣ ਲਵੋ। ਜੇ ਸੁਣ ਤੁਸੀਂ ਸੁਣੋਗੇ ਨਾ, ਜਦੋਂ ਤੁਹਾਡੇ ਕੋਲੋਂ ਉੱਠੇਗਾ ਨਾ, ਖੁਸ਼ ਹੋ ਕੇ ਉੱਠੇਗਾ ਇੱਦਾਂ। ਸੁਣਨਾ ਸ਼ੁਰੂ ਕਰੀਏ। ਪਾਤਸ਼ਾਹ ਕਹਿੰਦੇ ਨਾਮ ਨੂੰ ਸੁਣ, ਗੁਰੂ ਦੀ ਬਾਣੀ ਨੂੰ ਸੁਣ, ਕੰਨਾਂ ਦੇ ਨਾਲ ਪਰਮਾਤਮਾ ਦੀ ਵਡਿਆਈ ਨੂੰ ਸੁਣ। ਸੁਣਨ ਦੇ ਨਾਲ ਦੁੱਖ ਚਿੰਤਾਵਾਂ ਦੂਰ ਹੁੰਦੀਆਂ ਨੇ। ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।